ਤੇ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦਾ ਦਿਲ ਹੈ ਜਿਹੜੇ ਲੀਡਰ ਪੈਦਾ ਹੁੰਦੇ ਨੇ ਉਹ ਯੂਨੀਵਰਸਿਟੀ ਦੇ ਵਿੱਚ ਪੈਦਾ ਹੁੰਦੇ ਆ ਪੰਜਾਬੀਆਂ ਨਾਲ ਜਿਹੜਾ ਪੰਗਾ ਇਹ ਬਹੁਤ ਮਹਿੰਗੇ ਪੈਂਦੇ ਨੇ ਸਟੂਡੈਂਟ ਨੇ ਉਹ ਵੀ ਨਵੇਂ ਜਿਹੜੇ ਨਵੀਂ ਪਨੀਰੀ ਹੈ ਜਿਨ੍ਹਾਂ 'ਚ ਜੋਸ਼ ਆ ਸੋ ਅਸੀਂ ਨਿੰਦਿਆ ਕਰਦੇ ਹਾਂ ਮੋਦੀ ਸਰਕਾਰ ਨੂੰ ਪਹਿਲਾਂ ਦਿੱਲੀ ਵੀ ਇਹਨਾਂ ਨੇ ਪੰਜਾਬੀਆਂ ਨਾਲ ਪੰਗਾ ਲਿਆ ਹੋਇਆ ਕਿਤੇ ਨਾ ਕਿਤੇ ਜਿਹੜਾ ਇਹ ਪੰਜਾਬ ਨੂੰ ਆਪਣੇ ਅਧੀਨ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਨੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਵੀ ਅੱਜ ਅਧੀਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡਾ ਦੇਸ਼ ਲੋਕਤੰਤਰਿਕ ਦੇਸ਼ ਹੈ ਜਿੱਥੇ ਕੇਂਦਰ ਸਰਕਾਰ ਨੇ ਦੇਸ਼ ਦੀ ਲੋਕਤੰਤਰਤਾ ਨੂੰ ਦਾਗ ਲਾਇਆ ਅੱਜ ਤੱਕ ਭਾਜਪਾ ਨੇ ਇੱਥੇ ਵੀ ਜਿਹੜੀ ਸਾਡੀ ਸਭ ਤੋਂ ਪਹਿਲੀ ਜਿਹੜੀ ਲੋਕਤੰਤਰਕ ਢਾਂਚਾ ਉਹ ਪੰਜਾਬ ਯੂਨੀਵਰਸਿਟੀ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਕਿ ਇਹਨੇ ਨਾਮ ਨਾ ਖੱਟਿਆ ਕਿਉਂਕਿ ਜਿਹੜੀ ਚੋਣ ਹੁੰਦੀ ਉਹ ਲੋਕਤੰਤਰਿਕ ਤਰੀਕੇ ਨਾਲ ਹੁੰਦੀ ਹੈ ਅਤੇ ਜਦੋਂ ਸਟੂਡੈਂਟਾਂ ਨੇ ਸਿੱਖਣਾ ਹੀ ਜਿਹੜੀਆਂ ਇਲੈਕਸ਼ਨ ਨੂੰ ਆਪਣਾ ਉਮੀਦਵਾਰ ਚੁਣਨਾ ਇਲੈਕਸ਼ਨ ਦੇ ਕਰਨੀ ਜਿਹੜੇ ਲੀਡਰ ਪੈਦਾ ਹੁੰਦੇ ਨੇ ਉਹ ਯੂਨੀਵਰਸਿਟੀ ਦੇ ਵਿੱਚ ਪੈਦਾ ਹੁੰਦੇ ਆ ਪੰਜਾਬ ਯੂਨੀਵਰਸਿਟੀ ਅਸੀਂ ਇਸੇ ਯੂਨੀਵਰਸਿਟੀ ਅੰਡਰ ਪੜ੍ਹੇ ਹੋਏ ਹਾਂ ਮੈਂ ਖੁਦ ਇਸ ਯੂਨੀਵਰਸਿਟੀ ਅੰਡਰ ਪੜ੍ਹੀ ਹਾਂ ਅਤੇ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦਾ ਦਿਲ ਹੈ ਇਹ ਸਾਡੇ ਪੰਜਾਬੀਆਂ ਨੇ ਬਣਾਈ ਆ ਪੰਜਾਬੀਆਂ ਲਈ ਆ ਸਾਡੇ ਪੰਜਾਬ ਦੀ ਧਰੋਹਰ ਆ ਸਾਡੀ ਵਿਰਾਸਤ ਹੈ ਸਾਡੇ 100% ਜਿਹੜੇ ਇਹਦੇ 'ਚ ਯੋਗਦਾਨ ਹੈ ਸਾਡੇ ਪੰਜਾਬੀ ਪਾ ਰਹੇ ਨੇ ਅਤੇ ਅੱਜ ਜਦੋਂ ਹੁਣ ਇਹ ਭਾਜਪਾ ਸੋਚਦੀ ਪਈ ਆ ਵੀ ਕਿਤੇ ਪੰਜਾਬ ਯੂਨੀਵਰਸਿਟੀ ਨੂੰ ਅੰਡਰ ਲੈ ਕੇ ਪੰਜਾਬ ਦੀ ਵਿਰਾਸਤ ਨੂੰ ਦੂਰ ਕਰਨ ਦਾ ਤਰੀਕਾ ਜਾਂ ਪੰਜਾਬੀਅਤ ਨੂੰ ਦੂਰ ਕਰਨ ਦਾ ਤਰੀਕਾ ਇੱਥੇ ਤੁਸੀਂ ਦੇਖ ਹੀ ਰਹੇ ਹੋ ਬੋਰਡਸ ਨੂੰ ਦੇਖ ਰਹੇ ਹੋ ਸਾਰਾ ਕੁਛ ਆ ਕਿਤੇ ਨਾ ਕਿਤੇ ਜਿਹੜੀ ਪੰਜਾਬੀਅਤ ਆ ਉਹ ਅਲੋਪ ਕੀਤੀ ਜਾ ਰਹੀ ਆ ਸੋ ਅਸੀਂ ਨਿੰਦਿਆ ਕਰਦੇ ਹਾਂ ਮੋਦੀ ਸਰਕਾਰ ਨੂੰ ਪਹਿਲਾਂ ਦਿੱਲੀ ਵੀ ਇਹਨਾਂ ਨੇ ਪੰਜਾਬੀਆਂ ਨਾਲ ਪੰਗਾ ਲਿਆ ਹੋਇਆ ਕਿਤੇ ਨਾ ਕਿਤੇ ਜਿਹੜਾ ਇਹ ਪੰਜਾਬ ਨੂੰ ਆਪਣੇ ਅਧੀਨ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਨੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਵੀ ਅੱਜ ਅਧੀਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇੱਕ ਹੀ ਗੱਲ ਕਹਿੰਦੇ ਹਾਂ ਵੀ ਪੰਜਾਬੀਆਂ ਨਾਲ ਜਿਹੜਾ ਪੰਗਾ ਇਹ ਬਹੁਤ ਮਹਿੰਗੇ ਪੈਂਦੇ ਨੇ ਸਟੂਡੈਂਟ ਨੇ ਉਹ ਵੀ ਨਵੇਂ ਜਿਹੜੇ ਨਵੀਂ ਪਨੀਰੀ ਹੈ ਜਿਨ੍ਹਾਂ 'ਚ ਜੋਸ਼ ਆ ਜਿਹੜੇ ਕਿਤੇ ਨਾ ਕਿਤੇ ਸਾਡੇ 90s ਦੇ ਸਟੂਡੈਂਟ ਤੋਂ ਵੀ ਉੱਪਰ ਦੇ ਜਿਹੜੇ ਕਿਸਾਨੀ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਨੌਜਵਾਨਾਂ 'ਚ ਜੋਸ਼ ਪੈਦਾ ਕੀਤਾ ਸੋ ਅਸੀਂ ਇਹਦੀ ਸਖਤ ਵਿਰੋਧਤਾ ਕਰਦੇ ਹਾਂ ਜਿਹੜੀਆਂ ਇਲੈਕਸ਼ਨਸ ਨੇ ਸੈਨੇਟ ਦੀਆਂ ਕਾਲਜ ਦੇ ਵਿੱਚ ਹੋਣੀਆਂ ਚਾਹੀਦੀਆਂ ਯੂਨੀਵਰਸਿਟੀ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਇਹਨਾਂ ਦਾ ਹੱਕ ਹੈ ਹਿਊਮਨ ਰਾਈਟਸ ਆ ਸਟੂਡੈਂਟ ਰਾਈਟਸ ਹੈ ਪੰਜਾਬ ਦੀ ਸਾਰੀ ਪੋਲੀਟੀਕਲ ਪਾਰਟੀਆਂ ਆ ਰਹੀਆਂ ਨੇ ਲੀਡਰ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਇਕੱਠੇ ਹੋ ਕੇ ਆਉਣ ਦੀ ਜ਼ਰੂਰਤ ਹੈ ਆਮ ਆਦਮੀ ਪਾਰਟੀ ਵੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਆ ਰਹੇ ਨੇ ਕਾਂਗਰਸ ਤੋਂ ਵੀ ਆ ਰਹੇ ਨੇ ਕੋਈ ਇਕੱਠਿਆਂ ਕੋਈ ਪ੍ਰੋਗਰਾਮ ਦੇਣ ਦੀ ਜ਼ਰੂਰਤ ਹੈ ਕਿਉਂਕਿ ਮਜੀਠੀਆ ਸਾਹਿਬ ਵੀ ਕਹਿ ਕੇ ਗਏ ਨੇ ਕਿ ਇਸ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਵਾਰੀ ਇਕੱਠੇ ਹੋਣ ਦੀ ਜ਼ਰੂਰਤ ਹੈ ਸਾਰੇ ਪੰਜਾਬ ਦੇ ਲੀਡਰਾਂ ਨੂੰ ਦੇਖੋ ਇਕੱਠੇ ਆ ਜਾਣ ਚਾਹੇ ਵਾਰੀ ਵਾਰੀ ਆਪਣੀ ਹਾਜ਼ਰੀ ਲਵਾਉਣ ਜਿਹੜਾ ਵੀ ਚਾਹੇ ਕੋਈ ਇੱਥੋਂ ਪੜ੍ਹੇ ਅਸੀਂ ਤਾਂ ਪੜ੍ਹਿਆਂ 'ਚੋਂ ਇੱਥੋਂ ਚਾਹੇ ਕੋਈ MCM DAV ਕਾਲਜ 'ਚ ਪੜ੍ਹੀ ਹੈ ਮੈਂ ਚੰਡੀਗੜ੍ਹ ਚਾਹੇ ਕੋਈ ਇੱਥੋਂ ਪੜ੍ਹਿਆ ਚਾਹੇ ਨਹੀਂ ਪੜ੍ਹਿਆ ਸਾਡੇ ਪੰਜਾਬ ਦੀ ਸ਼ਾਨ ਆ ਪੰਜਾਬ ਯੂਨੀਵਰਸਿਟੀ ਅਤੇ ਇਹਦੇ ਲਈ ਅੱਜ ਚਾਹੇ ਕੋਈ ਰਾਜਨੀਤਿਕ ਬੰਦਾ ਉਹਨੂੰ ਸਾਰੇ ਆਪਣੇ ਰਾਜਨੀਤਿਕ ਚੀਜ਼ਾਂ ਭੁੱਲ ਕੇ ਸਾਡੇ ਵਿਦਿਆਰਥੀਆਂ ਲਈ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਇੱਥੇ ਪੜ੍ਹਦੇ ਆ ਉਹਨਾਂ ਲਈ ਸਾਡੇ ਕਿਤੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਦੇ ਲਈ ਜਿਹੜੀ ਐਜੂਕੇਸ਼ਨ ਸਿਸਟਮ ਆ ਇੱਥੋਂ ਹੀ ਜਿਹੜੇ ਸਾਡੇ ਪੋਲੀਟਿਕਸ ਦੇ ਵਿੱਚ ਵੀ ਬਹੁਤ ਸਟੂਡੈਂਟ ਇੱਥੋਂ ਨਿਕਲਦੇ ਨੇ ਹਰ ਇੱਕ ਅਦਾਰੇ ਵਿੱਚੋਂ ਸਟੂਡੈਂਟ ਇੱਥੋਂ ਨਿਕਲਦੇ ਨੇ ਸੋ ਕਿਤੇ ਨਾ ਕਿਤੇ ਜਿਹੜੀ ਜੇ ਸਾਡੀ ਯੂਨੀਵਰਸਿਟੀ ਦੀ ਲੋਕਤੰਤਰਿਕ ਪ੍ਰਣਾਲੀ ਭੰਗ ਹੁੰਦੀ ਆ ਅਤੇ ਦੇਸ਼ ਦੀ ਕਿੱਥੋਂ ਵੱਜ ਜਾਣੀ ਆ ਸੋ ਇਹ ਸਾਰਾ ਜਿਹੜਾ ਸਿਸਟਮ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਅਤੇ ਜਿਹੜੇ ਵੀ ਚਾਹੇ ਉਹ ਪੋਲੀਟਿਕਸ ਦੇ ਵਿੱਚ ਆ ਚਾਹੇ ਕਿਸੇ ਹੋਰ ਖੇਤਰ ਦੇ ਵਿੱਚ ਆ ਇੱਥੇ ਆ ਕੇ ਅਸੀਂ ਐਜ਼ ਅ ਸਟੂਡੈਂਟ ਆਉਂਦੇ ਹਾਂ ਸੋ ਅਸੀਂ ਇੱਥੇ ਜਦੋਂ ਹੀ ਐਂਟਰ ਹੋਈ ਮੈਂ ਸਾਰਿਆਂ ਨਾਲ ਗੱਲ ਕਰ ਰਹੀ ਸੀ ਭਾਜੀ ਨਾ ਮੈਂ ਕਿ ਆਪਣੇ ਕਾਲਜ ਦੇ ਦਿਨ ਜਿਹੜੇ ਯਾਦ ਆ ਗਏ ਆ ਵੀ ਉਹੀ ਜਜ਼ਬਾ ਅੰਦਰ ਆ ਕੇ ਉਹ ਭੁੱਲੀ ਜਾਂਦੇ ਅਸੀਂ ਵੀ ਕਿਸੇ ਸਿਆਸਤ ਵਾਲੀ ਚੀਜ਼ 'ਚ ਵੀ ਹੈਗੇ ਅੰਦਰ ਆ ਕੇ ਉਹੀ ਸਟੂਡੈਂਟ ਬਣ ਜਾਈਦਾ ਸੋ ਮੈਮ ਯੂਨੀਵਰਸਿਟੀ ਜਿਹੜਾ ਪ੍ਰਸ਼ਾਸਨ ਹੈ ਉਹ ਗੱਲ ਕਹਿ ਰਿਹਾ ਕਿ ਦਿੱਲੀ ਤੇ ਉੱਤਰਾਖੰਡ ਦੀ ਸਰਕਾਰ ਸਾਨੂੰ ਇਜਾਜ਼ਤ ਨਹੀਂ ਦੇ ਰਹੀ ਬਾਕੀ ਸਾਰੀ ਸਰਕਾਰਾਂ ਵੱਲੋਂ ਅਪਰੂਵਲ ਆ ਗਿਆ ਦੇਖੋ ਜਦੋਂ ਹਾਈ ਕੋਰਟ ਨੇ ਦਿੱਤਾ ਜਦੋਂ ਪੰਜਾਬ ਸਰਕਾਰ ਨੇ ਵੀ ਲੇਟ ਦਿੱਤਾ ਮੈਂ ਪੰਜਾਬ ਸਰਕਾਰ ਨੂੰ ਕਹਿੰਦੀ ਹਾਂ ਵੀ ਇਹੋ ਜਿਹੇ ਮੁੱਦਿਆਂ 'ਤੇ ਅੜਨਾ ਚਾਹੀਦਾ ਜਿੱਥੇ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਯੂਨੀਵਰਸਿਟੀ ਦੀ ਗੱਲ ਆਉਂਦੀ ਆ ਚਾਹੇ 1947 ਵੇਲੇ ਬੰਦ ਹੋਈ ਫਿਰ 66 ਵੇਲੇ ਘਟੀ ਇਹ ਚੀਜ਼ਾਂ 'ਤੇ ਧਿਆਨ ਰੱਖਣ ਅੜਿਆ ਕਰੋ ਹਰ ਇੱਕ ਚੀਜ਼ ਨੂੰ ਨੋਟੀਫਿਕੇਸ਼ਨ 'ਤੇ ਧਿਆਨ ਰੱਖਿਆ ਕਰੋ ਜਿੱਥੇ ਪਹਿਲਾਂ ਹੀ ਸਟੈਪ ਲਿਆ ਹੁੰਦਾ ਤਾਂ ਅੱਜ ਸਾਡੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਅੱਜ ਜਿਹੜੇ ਪੁਰਾਣੇ ਵੀ ਸੈਨੇਟ ਮੈਂਬਰਸ ਆ ਰਹੇ ਉਹਨਾਂ ਨੂੰ ਇੱਥੇ ਸੜਕਾਂ 'ਤੇ ਬੈਠਣ ਦੀ ਲੋੜ ਨਹੀਂ ਪੈਣੀ ਸੀ ਸੋ ਦਿੱਲੀ ਤੋਂ ਵੀ ਆ ਜਾਣਾ ਇਹਨਾਂ ਨੇ ਜਿਹੜਾ ਕੇਂਦਰ ਨੇ ਦੇਣਾ ਜਦੋਂ ਹਾਈ ਕੋਰਟ ਦਾ ਫੈਸਲਾ ਆ ਗਿਆ ਤਾਂ ਬਾਕੀ ਇਹਨੂੰ ਦੇ ਦੇਣਾ ਚਾਹੀਦਾ ਉਹ 'ਚ ਦੇਰ ਨਹੀਂ ਹੈ ਬਾਕੀ ਜਿਹੜੇ ਸਾਡੇ ਇੱਥੇ ਲੀਡਰਸ ਅੱਗੇ ਲੱਗੇ ਹੋਏ ਅਲੱਗ ਅਲੱਗ ਸਾਰੇ ਫੈਡਰੇਸ਼ਨ ਆ ਚਾਹੇ ਕਾਲਜ ਦੇ ਆ ਉਹਨਾਂ ਨੇ ਲੈ ਆਉਣਾ ਹੈ ਵੀ ਦਿੱਲੀ ਵਾਲਾ ਵੀ ਲੈ ਆਉਣਾ ਪਰ ਇਲੈਕਸ਼ਨ ਰੁਕਣੀ ਨਹੀਂ ਚਾਹੀਦੀ ਇਹ ਕਰਵਾਉਣੀ ਚਾਹੀਦੀ ਛੇਤੀ ਤੋਂ ਛੇਤੀ।